ਤਾਲੋਂ ਇਹੋ ਜਿਹੇ ਬੰਦੇ ਪਸੰਦ ਆ। ਔਰ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਗਰੰਟੀ ਦਿੱਤੀ, ਫਿਕਰਮੰਦ ਨਾ ਹੋ ਕਿ ਦਜਾਲ ਦੇ ਆਉਣ ਤੱਕ ਇੱਕ ਨਾ ਇੱਕ ਗਰੋਹ ਮੇਰੀ ਉਮਤ ਦਾ ਜਿਹੜਾ ਉਹਨੇ ਜਿਹਾਦ ਕਰਦੇ ਰਹਿਣਾ, ਔਰ ਭਾਵੇਂ ਲੋਕ ਉਹਨਾਂ ਦੀ ਮੁਖਾਲਫਤ ਕਰਨ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਣੇ, ਆਪਣੇ ਮਿਸ਼ਨ 'ਤੇ ਲੱਗੇ ਰਹਿਣਗੇ ਹੱਤਾ ਕਿ ਈਸਾ ਅਲੈਹਿ ਸਲਾਮ ਉਤਰਨਗੇ ਤਾਂ ਉਹਨਾਂ ਦੇ ਨਾਲ ਉਹ ਸ਼ਾਮਿਲ ਹੋ ਜਾਣ। ਇਹ ਉਹ ਖੁਸ਼ ਕਿਸਮ ਗਰੋਹ ਆ ਜਿਹਨਾਂ ਨੇ ਆਲਮ ਉਠਾਈ ਰੱਖਣਾ, ਇਸ ਝੰਡੇ ਨੂੰ ਉਹਨਾਂ ਸਰਨਗੁਣ ਹੀ ਹੋਣ ਦੇਣਾ। ਅਸੀਂ ਅੰਦਰ ਹੀ ਬੜੇ ਰਹਿਣਾ ਅਤੇ ਤਬਸਰੇ ਹੀ ਕਰਦੇ ਰਹਿਣਾ, ਉਹਨਾਂ ਜਾਨਾਂ ਦੇਣੀਆਂ ਔਰ ਦੀਨ ਵਾਸਤੇ ਦਲੇਰ ਹੋ ਕੇ ਨਿਕਲਣਾ। ਅੱਲਾਹ ਤਾਲਾ ਦੀ ਉਹਨਾਂ 'ਤੇ ਬੇਸ਼ੁਮਾਰ ਰਹਿਮਤਾਂ, ਔਰ ਅੱਲਾਹ ਉਹਨਾਂ ਦੇ ਬਾਰੇ 'ਚ ਇੰਨਾ ਖਯੂਰ ਆ ਵੀ ਉਹਨੇ ਆਪਣੀ ਕਿਤਾਬ 'ਚ ਕਹਿ ਦਿੱਤਾ ਵੀ ਜਿਹੜੇ ਮੇਰੇ ਰਸਤੇ 'ਚ ਕਤਲ ਹੁੰਦੇ ਉਹਨਾਂ ਨੂੰ ਮੁਰਦਾ ਨਾ ਕਿਉਂ। ਹਾਲਾਂਕਿ ਮੁਰਦਾ ਤਾਂ ਹੈਗੇ, ਕਤਲ ਹੋ ਗਿਆ ਤੇ ਉਸ ਤੋਂ ਬਾਅਦ ਮੁਰਦਾ ਕੀ ਹੋਣਾ, ਮਗਰ ਕਿਹਾ ਨਹੀਂ ਮੈਂ ਸੁਣਨਾ ਵੀ ਨਹੀਂ ਚਾਹੁੰਦਾ ਵੀ ਤੁਸੀਂ ਮੇਰੇ ਰਸਤੇ 'ਚ ਮਰੇ ਨੂੰ ਤੁਸੀਂ ਮੁਰਦਾ ਕਿਹਾ, ਔਰ ਦੂਜੀ ਜਗ੍ਹਾ ਇੱਥੋਂ ਵੀ ਅੱਗੇ ਪੜ੍ਹ ਕੇ ਕਹਿ ਦਿੱਤਾ ਹਾਲ ਇਮਰਾਨ, ਖਿਆਲ ਵੀ ਨਾ ਕਰਿਓ, ਕਹਿਣਾ ਤਾਂ ਜ਼ਬਾਨ ਤੋਂ ਗੁਜ਼ਾਰਿਆ, ਵਲਾ ਤਸਬਨ, ਖਿਆਲ ਵੀ ਨਹੀਂ ਜਲਦ ਕਰਨਾ ਕਿ ਮਾਰੇ ਗਿਆ। ਔਰ ਅੱਲਾਹ ਦੇ ਰਸੂਲ ਅਲੈਹਿ ਸਲਾਮ ਜਦੋਂ ਲੋਕਾਂ ਪੁੱਛਿਆ ਵੀ ਇਹ ਜਿਹੜੇ ਜਾਨਾਂ ਦੇ ਜਾਂਦੇ ਇਹਨਾਂ ਨੂੰ ਕੀ ਸਵਾਦ ਆਉਂਦਾ ਵੀ ਉਹ ਖੁਸ਼ੀ ਨਾਲ ਨਾਰੇ ਮਾਰਦੇ ਨਿਕਲ ਜਾਂਦੇ, ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਫਰਮਾਇਆ ਪਰਦੇ ਹਟ ਜਾਂਦੇ ਆ ਔਰ ਇਸ ਦੁਨੀਆ 'ਚ ਜੰਨਤ ਦੇ ਦਰਵਾਜ਼ੇ ਖੁੱਲ੍ਹੇ ਵੇਖਦੇ ਆ ਅਤੇ ਫਰਿਸ਼ਤਿਆਂ ਨੂੰ ਫੁੱਲ ਲੈ ਕੇ ਖੜਿਆਂ ਵੇਖਦੇ, ਉਹ ਇਸਤਕਬਾਲ ਹੀ ਖੜੇ ਹੁੰਦੇ, ਉਹ ਮਰਹਬਮ ਵੀ ਕਹਿੰਦੇ ਆ ਕਿ ਮਰਹਬਾ ਤੁਹਾਡੇ ਆਉਣ 'ਤੇ, ਇਸ ਤੋਂ ਬੁੱਝ ਦਿਲਾਂ ਔਰ ਡਰਪੋਕਾਂ ਦਾ ਦੀਨ ਨਹੀਂ, ਇਹ ਨਿਕੰਮੇ ਜਿਹੜੇ ਨਾ ਅੰਦਰ ਹੀ ਬਣਨ ਵਾਲੇ ਉਹਨਾਂ ਨੂੰ ਇੰਨਾ ਹੀ ਬੜਾ ਵੀ ਚੁੱਪ ਕਰ ਰਿਹਾ ਕਰਨ, ਐਵੇਂ ਤਬਸਰੇ ਕਰਕੇ ਆਪਣਾ ਈਮਾਨ ਕਿਉਂ ਖਰਾਬ ਕਰਦੇ। ਜਿਹੜੇ ਲੋਕ ਅੱਲਾਹ ਦੇ ਦੀਨ ਦੀ ਕੁਰਬਾਨੀਆਂ ਦਿੰਦੇ, ਸਾਡੇ ਇਸ ਮੁਲਕ ਤਹਿਰੀਕ ਉੱਠੀ ਐਸੀ ਤਹਿਰੀਕ ਕਿ 1400 ਸਾਲ ਦਾ ਪੜੀ ਇਹਨਾਂ ਦੇ ਸਾਹਬਾ ਕਰਾਉਣ ਤੋਂ ਬਾਅਦ ਉਹਨਾਂ ਦੇ ਬੰਦੇ ਨਹੀਂ ਲੱਭਦੇ, ਤਕਵਾ ਵੀ, ਦੀਨਦਾਰੀ ਵੀ, ਬੇਗਰਜ਼ੀ। ਇਹ ਸਈਦ ਅਹਿਮਦ ਸ਼ਹੀਦ ਰਹਿਮਤੁੱਲਾਹ ਅਲੈਹ ਦੇ ਸਾਥੀ ਬੜੇ ਬੜੇ ਅਮੀਰ ਘਰਾਣਿਆਂ ਦੇ ਬੱਚੇ ਸੀ, ਨਿਕਲ ਟੁਰੇ ਜਿਹਾਦ 'ਚ, ਸ਼ਹੀਦ ਹੋ ਗਏ। ਸਾਡੇ ਸਰਕਾਰੀ ਦਰਬਾਰੀ ਮੁੱਲਾਵਾਂ ਨੇ ਅੱਜ ਤੱਕ 200-300 ਸਾਲ ਹੋ ਗਿਆ, ਉਹਨਾਂ ਦੀ ਜਾਨ ਨਹੀਂ ਛੱਡੀ। ਕਿਤਾਬ 'ਤੇ ਕਿਤਾਬ ਏ ਵਹਾਬੀ ਸੀ, ਇਹਨਾਂ ਨੇ ਇੱਕ ਨਵਾਂ ਦੀਨ ਕੱਢਿਆ ਸੀ ਅੰਗਰੇਜ਼ ਦੇ ਕਹਿ 'ਤੇ, ਹਾਲਾਂਕਿ ਬਿਲਕੁਲ ਉਹ ਖਾਲਸ ਅਹਿਲੇ ਸੁਨਨਾ ਸੀ, ਕੁਰਾਨ ਹਦੀਸ 'ਤੇ ਅਮਲ, ਕੋਈ ਨਵੀਂ ਗੱਲ ਨਹੀਂ ਸੀ, ਮਗਰ ਪਰੋਪਗੰਡਾ ਇੰਨਾ ਵੀ ਅੱਜ ਵੀ ਤੁਸੀਂ ਸਮਝੋ ਨਾ, ਜਿਸ ਤਰ੍ਹਾਂ ਕਹਾਵਤ ਬਣੀ ਕਿਸੇ ਘਰ 'ਚ ਅਹਿਲ ਹਦੀਸ ਆਦਮੀ ਆ ਗਿਆ ਤਾਂ ਔਰਤ ਨੇ ਦੂਸਰੇ ਘਰਦਾਰੀ ਨੂੰ ਆਖਿਆ ਵੀ ਅਹਿਲ ਹਦੀਸ ਵੇਖ ਲਾ ਤੂੰ, ਉਹਨੇ ਜਦੋਂ ਵੇਖਿਆ ਉਹ ਇਹਦੀ ਮਰਜ਼ੀ ਹੈ, ਉਹਦੇ ਖਿਆਲ 'ਚੋਂ ਖਨਜ਼ੀਰ ਸੀ ਜਾਂ ਕੋਈ ਕੁੱਤਾ ਸੀ ਅਤੇ ਉਹ ਪੈਸੀ ਮਖਲੂਕ ਆ, ਇਸ ਤਰ੍ਹਾਂ ਦਾ ਝੂਠਾ ਪ੍ਰੋਪਗੰਡਾ ਕੀਤਾ। ਤੋ ਮੀਰ ਸੌਦਾ ਉਸੇ ਦਿੱਲੀ 'ਚ ਬਹੁਤ ਬੜੇ ਸ਼ਾਇਰ ਸੀ, ਬੜੇ ਨੇਕ ਸੀ, ਉਹ ਮੁਜਾਹਿਦੀਨ ਅਤੇ ਹਮ ਹੀ ਸੀ। ਜਦੋਂ ਵਿਚਾਰੇ ਸ਼ਹੀਦ ਹੋ ਗਏ, ਇਹਨਾਂ ਨੇ ਫਤਵੇ ਦੇ ਦਿੱਤੇ, ਇਹਨਾਂ ਪਿੱਛੇ ਨਮਾਜ਼ਾਂ ਨਹੀਂ, ਉਹ ਮਸੀਤ ਤੋਂ ਜਿੱਥੇ ਆ ਜਾਂਦੇ, ਉਹਨਾਂ ਕਿਹਾ ਗੱਲ ਸੁਣੋ, ਸੌਦਾ ਤੇਮਾਰੇ ਇਸ਼ਕ ਮੈਂ ਸ਼ੀਰੀ ਸੇ ਕੋਹ ਕਰ, ਬਾਜ਼ੀ ਅਗਰ ਚੇ ਪਾ ਨਾ ਸਕਾ ਸਰ ਤੋਂ ਖੋ ਸਕਾ, ਜੇ ਉਹ ਜਿੱਤ ਨਹੀਂ ਸਕੇ ਨਹੀਂ ਕਾਮਯਾਬੀ ਹੋਈ ਆਪਣੇ ਮਕਸਦ ਜਾਨ ਛੱਡੇਗਾ। ਸੌਦਾ ਕਿਨਾਰੇ ਇਸ਼ਕ ਮੈਂ ਸ਼ੀਰੀ ਸੇ ਕੋਹ ਕਨ, ਬਾਜ਼ੀ ਅਗਰ ਚੇ ਪਾ ਨਾ ਸਕਾ ਸਰ ਤੋਂ ਖੋ ਸਕਾ, ਕਿਸ ਮੂੰਹ ਸੇ ਆਪਣੇ ਆਪ ਕੋ ਕਹਿਤਾ ਹੈ ਇਸ਼ਕ ਬਾਦ, ਐ ਰੂਹ ਸਿਆ ਤੁਸੇ ਤੋਂ ਯਹ ਵੀ ਨਾ ਹੋ ਸਕਾ। ਖਤਮ ਹੀ ਦਿੰਦੇ ਰਹਿਣਾ ਮਸੀਤਾਂ 'ਚ ਖਾ ਛੱਡਿਆ, ਕਿਹੜਾ ਕੰਮ ਕੀ ਹੈ, ਇੱਕ ਉਂਗਲੀ ਦਾ ਲਹੂ ਨਹੀਂ ਕਰਾਇਆ ਤੁਸੀਂ, ਵਿਚਾਰਿਆਂ ਨੂੰ ਜਾਣਾ ਦੇ 'ਚ